ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਦਾ ਅੱਜ ਅਚਾਨਕ ਸਰਪ੍ਰਾਈਜ਼ ਦੌਰਾ ਹੋਇਆ। ਚੰਡੀਗੜ੍ਹ ਦੇ ਨਾਲ ਲੱਗਦੇ ਬਿਲਕੁਲ ਮੋਹਾਲੀ ਦੇ 6 ਫੇਸ ਹਸਪੀਟਲ ਦੇ ਵਿੱਚ ਇਹ ਦੌਰਾ ਕੀਤਾ ਗਿਆ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ, ਤੇ ਪੂਰਾ ਚੈੱਕ ਕੀਤਾ ਜਾ ਰਿਹਾ, ਸਟਾਕ ਚੈੱਕ ਕੀਤਾ ਜਾ ਰਿਹਾ। ਸਾਡੇ ਨਾਲ ਚੀਫ ਸੈਕਟਰੀ ਸਾਹਿਬ ਨੇ, ਸੈਕਟਰੀ ਸਾਹਿਬ ਅੱਜ ਪੂਰਾ ਦੌਰਾ ਕੀਤਾ ਜਾ ਰਿਹਾ, ਸਰਪ੍ਰਾਈਜ਼ ਚੈੱਕ ਕੀਤਾ, ਕੀ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਇਹ ਸਾਰਾ ਸਰਪ੍ਰਾਈਜ਼? ਤੁਹਾਨੂੰ ਪਤਾ ਸੀਐਮ ਸਾਹਿਬ ਨੇ ਅਨਾਊਂਸਮੈਂਟ ਕੀਤੀ ਹੈ ਕਿ ਸਾਰੇ ਜਿੰਨੇ ਵੀ ਸਰਕਾਰ ਦੇ ਡਿਸਟ੍ਰਿਕਟ ਹਸਪੀਟਲਸ ਨੇ, ਸਬ ਡਿਵੀਜ਼ਨਲ ਹਸਪੀਟਲਸ ਨੇ ਤੇ CHCs ਨੇ, ਉੱਥੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਤੋ ਉਹਨੂੰ ਐਕਚੁਅਲੀ ਇੰਪਲੀਮੈਂਟ ਕਰਨ ਦੇ ਲਈ ਕੱਲ੍ਹ ਮੈਂ ਸਾਰੇ DCs ਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਉਹ ਆਪਣੇ ਸਾਰੇ ਹਸਪੀਟਲਸ ਨੂੰ ਵਿਜ਼ਿਟ ਕਰਕੇ ਆਉਣ, ਅਤੇ ਕੱਲ੍ਹ ਸਾਰੇ DCs ਫੀਲਡ ਦੇ ਵਿੱਚ ਰਹੇ, ਉਹਨਾਂ ਨੇ ਆਪਣੇ ਹੋਸਪਿਟਲਸ ਵਿਜ਼ਿਟ ਕੀਤੇ, ਇੱਕ ਇੱਕ ਦੋ ਦੋ SMOs ਨਾਲ ਮੀਟਿੰਗ ਕੀਤੀਆਂ, ਸਿਸਟਮ ਨੂੰ ਸਟ੍ਰੀਮਲਾਈਨ ਕੀਤਾ, ਅਤੇ ਅੱਜ ਮੈਂ ਖੁਦ ਮੋਹਾਲੀ ਹੋਸਪਿਟਲ ਆਇਆ ਤਾਂ ਕਿ ਦੇਖ ਸਕਾਂ ਕਿ CM ਸਾਹਿਬ ਦੀਆਂ ਡਾਇਰੈਕਸ਼ਨਸ ਇੰਪਲੀਮੈਂਟ ਹੋ ਰਹੀਆਂ ਨੇ, ਅਤੇ ਜੇ ਕਿਤੇ ਕੁਰੈਕਟਿਵ ਐਕਸ਼ਨ ਲੈਣ ਦੀ ਲੋੜ ਹੈ ਤਾਂ ਕਿ ਉਹ ਲਈਏ, ਜੋ CM ਸਾਹਿਬ ਦੀ ਇਹ ਲੋਕ ਪੱਖੀ ਨੀਤੀ ਹੈ ਉਹਨੂੰ ਐਕਚੁਅਲੀ ਇੰਪਲੀਮੈਂਟ ਕਰਕੇ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚਾਈਏ। ਸਰ, ਤੁਸੀਂ ਅੱਜ ਪੂਰਾ ਚੈੱਕ ਕਰ ਰਹੇ ਹੋ, ਕਿਸ ਤਰ੍ਹਾਂ ਦੀ ਚੀਜ਼ਾਂ ਕੋਈ ਖਾਮੀਆਂ ਪਾਈ ਗਈਆਂ, ਕਿਉਂਕਿ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹ ਸੈਟਿਸਫਾਈ ਨੇ, ਲੋਕੀ 99% ਸੈਟਿਸਫਾਈਡ ਨੇ, ਬਟ ਇੰਨੇ ਵੱਡੇ ਕੰਮ 'ਚ ਕਿਤੇ ਨਾ ਕਿਤੇ ਛੋਟੀ ਮੋਟੀ ਕੋਈ ਕਮੀ ਰਹਿ ਜਾਂਦੀ ਹੈ, ਉਹ ਹੈਲਥ ਸੈਕਟਰੀ ਸਾਹਿਬ ਅਤੇ ਉਹਨਾਂ ਦੀ ਟੀਮ ਸਿਵਲ ਸਰਜਨ ਸਾਹਿਬਾਨ ਪੂਰੀ ਤਨਦੇਹੀ ਨਾਲ ਲੱਗੇ ਹੋਏ ਨੇ, ਕਿਉਂਕਿ ਇਹ ਬਹੁਤ ਹੀ ਅੱਛਾ ਕਦਮ ਹੈ CM ਸਾਹਿਬ ਦਾ ਕਿ ਗਰੀਬਾਂ ਨੂੰ ਜਾਂ ਜਿਹੜੇ ਵੀ ਬੰਦੇ ਇੱਥੇ ਆਉਂਦੇ ਨੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਮਿਲਣ। ਤੋਂ ਸਾਰੇ ਅਸੀਂ ਆਪਣੀ ਤਨਦੇਹੀ ਨਾਲ ਲੱਗੇ ਹੋਏ ਹਾਂ ਕਿ CM ਸਾਹਿਬ ਦੀਆਂ ਡਾਇਰੈਕਸ਼ਨਸ ਲੈਟਰ ਐਂਡ ਸਪਿਰਿਟ ਦੇ ਵਿੱਚ ਅਸੀਂ ਇੰਪਲੀਮੈਂਟ ਕਰੀਏ ਅਤੇ ਲੋਕਾਂ ਦੀ ਸੇਵਾ ਕਰੀਏ। ਬਿਲਕੁਲ ਸਰ, ਇੱਥੇ ਪਹੁੰਚੇ ਹੋਏ ਨੇ, ਪੂਰਾ ਜੋ ਸਟਾਕ ਹੈ ਉਹ ਵੀ ਚੈੱਕ ਕੀਤਾ ਜਾ ਰਿਹਾ, ਜਿੰਨੀ ਵੀ ਦਵਾਈਆਂ ਦਾ ਪੂਰਾ ਸਟਾਕ ਹੈ ਉਹ ਚੈੱਕ ਕਰਨ ਤੋਂ ਬਾਅਦ ਸਾਰੇ ਜਿੰਨੇ ਵੀ, ਕਿਉਂਕਿ ਕੱਲ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਪੂਰਾ ਕੱਲ ਵੀ DCs ਦੀ SMOs ਦੀ ਮੀਟਿੰਗ ਹੋਈ ਹੈ, ਔਰ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿੱਤਾ ਗਿਆ ਕਿ ਖੁਦ ਜਿੰਨੇ ਵੀ ਹਸਪੀਟਲਸ ਨੇ ਉੱਥੇ ਜਾ ਕੇ ਪੂਰਾ ਸਟਾਕ ਚੈੱਕ ਕੀਤਾ ਜਾਏਗਾ, ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ, ਔਰ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਖਾਮੀ ਹੁੰਦੀ ਹੈ ਤਾਂ ਉਸ ਨੂੰ ਪੂਰਾ ਕਰਨ ਵਾਸਤੇ ਪੂਰੇ ਕਦਮ ਜਿਹੜੇ ਉਹ ਚੁੱਕੇ ਜਾਏਗੇ। ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਸੀਗਾ ਕਿ, ਕਿਉਂਕਿ ਐਜੂਕੇਸ਼ਨ ਤੇ ਹੈਲਥ ਇਹ ਸਭ ਤੋਂ ਜ਼ਿਆਦਾ ਪ੍ਰਾਇਓਰਟੀ ਹੈ, ਇਸ ਕਰਕੇ ਜਿੰਨੇ ਵੀ ਜੋ ਵੀ ਲੋਕਾਂ ਨੂੰ ਸੁਵਿਧਾਵਾਂ ਦੇਣ ਦੀ ਗੱਲ ਕੀਤੀ ਗਈ, ਚੀਫ ਸੈਕਟਰੀ ਅੱਜ ਪਹੁੰਚੇ ਹੋਏ ਨੇ, ਪੂਰਾ ਸਟਾਕ, ਸਰ ਸਟਾਕ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੀਜ਼ਾਂ ਹੁਣ ਤੱਕ ਦੀ ਤੁਸੀਂ ਚੈੱਕ ਕਰ ਰਹੇ ਹੋ? ਸਟਾਕ ਸਾਡੀਆਂ ਰਫਲੀ ਜੋ ਮੈਨੂੰ ਹੈਲਥ ਸੈਕਟਰੀ ਸਾਹਿਬ ਨੇ ਦੱਸਿਆ 275 ਦੇ ਕਰੀਬ ਦਵਾਈਆਂ ਨੇ ਜਿਹਨੂੰ ਇਹ ਅਸੈਂਸ਼ੀਅਲ ਡਰੱਗ ਲਿਸਟ ਕਹਿੰਦੇ ਨੇ, ਉਹਦੇ ਵਿੱਚੋਂ 90% ਦੇ ਤਾਂ ਇਹਨਾਂ ਨੇ ਰੇਟ ਕੰਟਰੈਕਟ ਕਰ ਲਿੱਤੇ ਨੇ ਤੇ ਉਹ ਰੇਟ ਕੰਟਰੈਕਟ ਰਾਹੀਂ ਹਸਪੀਟਲਸ ਦੇ ਵਿੱਚ ਉਪਲਬਧ ਹੋ ਗਈਆਂ ਨੇ। ਜਿਹੜੀਆਂ 5-10% ਦਵਾਈਆਂ ਦੀ ਹਲੇ ਰੇਟ ਕੰਟਰੈਕਟ ਚੱਲ ਰਹੇ ਨੇ ਉਹਦੇ ਲਈ 25 ਕਰੋੜ ਰੁਪਿਆ CM ਸਾਹਿਬ ਨੇ ਇਹਨਾਂ ਨੂੰ ਐਲੋਕੇਟ ਕਰ ਦਿੱਤਾ, ਜਿਸ ਵਿੱਚੋਂ 12 ਕਰੋੜ ਰੁਪਿਆ ਡਿਸਟ੍ਰਿਕਟਸ ਦੇ ਵਿੱਚ ਰਿਲੀਜ਼ ਹੋ ਗਿਆ। SMOs ਨੂੰ ਪਾਵਰਜ਼ ਉਹਨਾਂ ਦੀਆਂ ਕਾਫੀ ਵਧਾ ਦਿੱਤੀਆਂ ਗਈਆਂ ਨੇ ਤਾਂ ਕਿ ਜੇ ਕੋਈ ਦਵਾਈ ਅਵੇਲੇਬਲ ਨਹੀਂ ਹੈ ਹਸਪੀਟਲ ਦੇ ਵਿੱਚ ਤਾਂ SMOs ਕੋਲ ਪੈਸਾ ਵੀ ਹੈ ਤੇ ਪਾਵਰਜ਼ ਵੀ ਨੇ ਕਿ ਉਹ ਮਾਰਕੀਟ ਚੋਂ ਲੈ ਕੇ ਨਾਲ ਦੀ ਨਾਲ ਪੇਸ਼ੈਂਟ ਨੂੰ ਦੇ ਦੇਣ ਤੇ ਪੇਸ਼ੈਂਟ ਨੂੰ ਆਪ ਨਾ ਆਪਣੇ ਪੱਲਿਓਂ ਪੈਸੇ ਖਰਚ ਕੇ ਨਾ ਦਵਾਈ ਲੈਣੀ ਪਏ। ਬਿਲਕੁਲ ਸਰ, ਪੰਜਾਬ ਦੇ ਸਾਰੇ ਹਸਪੀਟਲ ਨੂੰ ਚੈੱਕ ਕੀਤਾ ਜਾਏਗਾ ਇਸੇ ਤਰ੍ਹਾਂ, ਸਰਪ੍ਰਾਈਜ਼ ਚੈੱਕ? ਮੈਂ ਜਿਵੇਂ ਤੁਹਾਨੂੰ ਦੱਸਿਆ ਕੱਲ ਸਾਰੇ DCs ਨੇ, 23 ਦੇ 23 DCs ਨੇ ਆਪਣੇ ਡਿਸਟ੍ਰਿਕਟ ਹਸਪੀਟਲ ਦੀ ਚੈਕਿੰਗ ਕੀਤੀ ਤੇ ਆਪਣੇ ਸਾਰੇ SMOs ਦੇ ਨਾਲ ਮੀਟਿੰਗ ਕੀਤੀ, ਉਹਨਾਂ ਨੂੰ ਕਲੀਅਰਲੀ ਦੱਸਿਆ ਕਿ ਇਹ ਸਰਕਾਰ ਦੀਆਂ ਡਾਇਰੈਕਸ਼ਨਸ ਨੇ, ਜਿੱਥੇ ਜਿੱਥੇ ਕਿਤੇ ਕੋਈ ਪ੍ਰੋਬਲਮ ਆ ਰਹੀ ਸੀ SMO ਸਾਹਿਬਾਨ ਨੂੰ ਉਹਦਾ ਬੈਠ ਕੇ ਹੱਲ ਕੀਤਾ, ਤੇ ਅਸੀਂ ਪੂਰੀ ਤਰ੍ਹਾਂ ਕਮਿਟਿਡ ਹਾਂ ਕਿ CM ਸਾਹਿਬ ਦੀਆਂ ਇਹ ਡਾਇਰੈਕਸ਼ਨਸ
ਹਰ ਪੱਖੋਂ ਇੰਪਲੀਮੈਂਟ ਹੋਣ। ਤਾਂ ਬਿਲਕੁਲ ਜਿੱਦਾਂ ਸਰ ਪਹੁੰਚੇ ਆ, ਸਰਪ੍ਰਾਈਜ਼ ਚੈੱਕ ਕੀਤਾ, ਜਿਸ ਤਰ੍ਹਾਂ ਜਿਹੜੀ ਵੀ ਰਜਿਸਟ੍ਰੇਸ਼ਨ ਕਾਊਂਟਰ ਨੇ ਜਾਂ ਫਿਰ ਲੈਬੋਰਟਰੀਜ਼ ਨੇ ਜਾਂ ਫਿਰ ਜਿਹੜੀ ਮੁਫ਼ਤ ਦੀ ਦਵਾਈਆਂ ਹੈ, ਉਹਨਾਂ ਦੀ ਕਿਸ ਤਰ੍ਹਾਂ ਦੀ ਸਟੋਕੇਜ ਹੈ, ਕਿਸ ਤਰ੍ਹਾਂ ਦੀ ਹੋਰ ਕੋਈ ਖਾਮੀ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਚੈੱਕ ਕੀਤਾ ਜਾ ਰਿਹਾ। ਅਤੇ ਕੱਲ੍ਹ ਵੀ ਡੀਸੀਜ਼ ਦੇ SMOs ਦੀ ਇੱਕ ਖਾਸ ਤੌਰ 'ਤੇ ਮੀਟਿੰਗ ਹੋਈ ਹੈ, ਜਿਸ ਨੂੰ ਲੈ ਕੇ ਪੂਰਾ ਹਦਾਇਤਾਂ ਦਿੱਤੀ ਗਈਆਂ ਕਿ ਕਿਸੇ ਵੀ ਤਰ੍ਹਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਜਿਸ ਨੂੰ ਲੈ ਕੇ ਅੱਜ ਖੁਦ ਸੀਨੀਅਰ ਆਫਿਸਰ ਹੋਸਪਿਟਲਸ ਦੇ ਦੌਰੇ 'ਤੇ ਨੇ, ਸਰਪ੍ਰਾਈਜ਼ ਚੈੱਕ ਕੀਤਾ ਗਿਆ, ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ, ਮੈਡੀਕਲ ਜਿਹੜੀ ਵੀ ਦਵਾਈਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ, ਕੌਣ ਸੀ ਦਵਾਈਆਂ ਸਟੋਕ 'ਤੇ ਹੈਗੀ ਹੈ ਨਹੀਂ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਚੈੱਕ ਕੀਤਾ ਜਾ ਰਿਹਾ।